हेलो, मेरा नाम चौधरी राजेंद्र निजर हैगा। तो मैं पंडोरी निजरा का जट हैगा। जिन्ना चिर तुसी अपने प्यो कच्चे प्यो दे नहीं बनते, ब्रह्म के बेटे नहीं बनते, पार ब्रह्म दे नहीं बन सकते। यदि होमे नहीं करनी, ये होमे की तो मारे गए। तो ये नाल हैगा, ये नैचुरल हैगा फादर, एक हैगा सुपर नैचुरल। पहला नैचुरल नू जानोगे तो फिर ही सुपर नैचुरल तुहानू नजर पवेगा। जे पहले इहदी पछाण नहीं हैगी तां उह किदां पछाण लोगे। इस करके किसे भगत ने अपनी जात नहीं छुपाई। जिहड़ा अपनी जात छुपाउंदा हैगा ना, उह बनदा सुपर मास्टर शंकर वर्णिया हरामी। तो उह छुपा रहे ने दुनिया च, हुण जिहड़ी सीरिया च हो रही सारी लड़ाई हो रही उह पा रहा हैगा। ਤੇ ਜੇ ਬਚਣਾ ਇਦਾਂ ਲੜਾਈਆਂ ਤੋਂ ਤੇ ਤੁਸੀਂ ਆਪਣੇ ਪਿਓ ਦੇ ਬਣੋ। ਪਿਓ ਨੇ ਤੁਹਾਨੂੰ ਬਚਾਉਣਾ ਹੈਗਾ। ਤੇ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਦਾਲ। ਤੇ ਇਹ ਮੈਂ ਕਰ ਰਿਹਾ ਸਤਿਗੁਰੂ ਰਾਮਦਾਸ ਜੀ ਦੇ ਸਲੋਕ, ਇਹ ਪਾਰਟ 2 ਹੈਗਾ। ਸਹਿ ਭਗਤ ਸਹਿ ਸੇਵਕ, ਉਹ ਭਗਤ ਹੈਗਾ ਪਾਰ ਬ੍ਰਹਮ ਦਾ, ਉਹ ਹੀ ਸੇਵਕ ਹੈਗਾ, ਸਰਵੈਂਟ ਹੈਗੇ ਆਪਾਂ, ਰੂਲਰ ਨਹੀਂ ਹੈਗੇ। ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਭਾਵੇ ਰਾਮ, ਜਿਹੜੇ ਮੇਰੇ ਪ੍ਰਭ ਨੂੰ ਮੇਰਾ ਮਨ ਭਾਉਂਦਾ ਹੈਗਾ। ਯਾਨੀ ਕਿ ਜੋ ਜੇ ਮੇਰੇ ਪ੍ਰਭ ਨੂੰ ਮੇਰੇ ਮਨ ਦੀਆਂ ਚੀਜ਼ਾਂ ਭਾਉਂਦੀਆਂ ਨਾ, ਤਦ ਉਹ ਫਿਰ ਮੇਰੇ ਅੰਦਰ ਆਏਗਾ। ਜੇ ਉਹਨੂੰ ਨਹੀਂ ਭਾਉਂਦੀਆਂ, ਜੇ ਤੁਸੀਂ ਪੈਸੇ ਮਗਰ ਲੱਗਿਆ ਤਾਂ ਸ਼ੈਤਾਨ ਹੈਗੇ ਆ ਅਤੇ ਅੰਦਰ ਹੈਗਾ ਲੋਭ ਰਤ ਹੈਗਾ, ਫਿਰ ਉਹ ਨਹੀਂ ਆਉਂਦਾ ਉੱਥੇ। ਉਹ ਫਿਰ ਸ਼ੈਤਾਨ ਅੰਦਰ ਆਉਂਦਾ ਹੈਗਾ, ਉਹ ਲੁੱਟਦਾ ਹੈ। ਫਿਰ ਕਿੱਦਾਂ ਸ਼ੈਤਾਨੀ ਕਰਨੀ, ਕਿੱਦਾਂ ਕਿਸੇ ਦੇ ਪੈਸੇ ਖੋਹਣੇ ਨੇ। ਸਹਿ ਹਰ ਦਰਗਹਿ ਪਹਿਨਾਇਆ, ਮੇਰੀ ਜਿੰਦੜੀਏ ਐ ਨਸ ਸਾਚ ਸਮਾਨੇ ਰਾਮ। ਸਹਿ ਹਰ ਦਰਗਹਿ, ਉਹ ਆਦਮੀ, ਫਿਰ ਹਰ ਦੀ ਹਰ ਹੈਗਾ ਗੋਡ, ਹਰੀ ਨਹੀਂ ਹੈਗਾ। ਹਰੀ ਓਮ ਸ਼ਾਂਤੀ ਹੁੰਦਾ ਹੈਗਾ ਹਿੰਦੂ ਦਾ, ਹਰ ਇੱਕ ਅੰਕਾਰ ਹੈਗਾ ਸਿੱਖਾਂ ਦਾ, ਪਾਰ ਬ੍ਰਹਮ ਹਰ ਹੈਗਾ, ਹਰੀ ਨਹੀਂ ਹੈਗਾ। ਸਹਿ ਹਰ ਦਰਗਹਿ ਪਹਿਨਾਇਆ, ਉਹ ਫਿਰ ਤੁਹਾਨੂੰ ਹਰ ਜਿਹੜਾ ਉਹ ਫਿਰ ਤੁਹਾਨੂੰ ਆਪਣੀ ਦਰਗਾਹ 'ਚ ਪਹੁੰਚਾ ਦਿੰਦਾ ਹੈਗਾ। ਯਾਨੀ ਕਿ ਤੁਹਾਡੇ ਕੱਪੜੇ ਜਿਹੜੇ ਨੇ ਉਹ ਆਪਣੇ ਰੰਗ ਦਿੰਦਾ ਫਿਰ ਆਪਣੇ ਉਹਦੀ ਦਰਗਾਹ ਦੇ। ਮੇਰੀ ਜਿੰਦੜੀਏ ਐ ਨਸ ਸਾਚ ਸਮਾਨੇ ਰਾਮ, ਐ ਨਸ ਹੈਗਾ ਦਿਨ ਅਤੇ ਰਾਤ, ਫਿਰ ਤੁਸੀਂ ਉਹਦੇ ਵਿੱਚ ਸੱਚ ਵਿੱਚ ਸੱਚ ਹੀ ਬੋਲਦੇ ਹਾਂ। ਗੁਰਮੁਖ ਜਿਹੜਾ ਹੈਗਾ ਗੁਰਮੁਖ, ਗੁਰ ਹੈਗਾ ਢੰਗ, ਮੁੱਖ ਹੈਗਾ ਮੂੰਹ। ਜਦੋਂ ਢੰਗ ਨਾਲ ਬੋਲੋ ਉਦੋਂ ਤੁਸੀਂ ਸੱਚ ਬੋਲਦੇ ਹੈ। ਜੇ ਬੇਢੰਗੇ ਬੋਲੋ ਤਾਂ ਤੁਸੀਂ ਕੂੜ ਬੋਲਦੇ ਹੈ ਮਿੱਠਾ। ਜਿੱਦਾਂ ਅੱਜ ਕੱਲ੍ਹ ਪੋਲੀਟੀਸ਼ੀਅਨ ਹੈਗੇ ਨੇ, ਇਹ ਬੇਢੰਗੇ ਬੋਲਦੇ ਨੇ, ਇਹਨਾਂ 'ਚ ਕੋਈ ਵੀ ਨਹੀਂ ਸੱਚ ਬੋਲਦਾ। ਵੋਟਾਂ ਲੈਣੀਆਂ ਹੈਗੀਆਂ ਨੇ ਤਾਂ ਕੂੜ ਬੋਲਣਾ ਪੈਂਦਾ, ਮਿੱਠਾ ਕੂੜ ਬਾਖਿਓ ਮਿੱਠਾ, ਕੂੜ ਡੋਬੇ ਪੂਰ। ਇਹਨਾਂ ਨੇ ਦੇਖਿਆ ਕਿੱਦਾਂ ਕੰਟਰੀ ਡੋਬਨੇ ਨੇ ਹੁਣ। ਸਹਿ ਹਰ ਦਰਗਹਿ ਪਹਿਨਾਇਆ, ਮੇਰੀ ਜਿੰਦੜੀਏ ਐ ਨਸ ਸਾਚ ਸਮਾਨੇ ਰਾਮ। ਉਹ ਦਿਨ ਰਾਤ ਆਪਣੇ ਸੱਚੇ ਸੱਚ ਹੀ ਬੋਲਦਾ, ਕੂੜ ਦੇ ਲਾਗੇ ਨਹੀਂ ਜਾਂਦਾ। ਤਿਨਕੇ ਸੰਗ ਮਲ ਉਤਰੇ, ਮੇਰੀ ਜਿੰਦੜੀ ਉਹਨਾਂ ਦੇ ਜਦੋਂ ਤੁਸੀਂ ਸੰਗਤ ਕਰੋ ਤਾਂ ਤੁਹਾਡੀ ਜਿਹੜੀ ਬਾਣੀ ਨਾਲ ਫਿਰ ਜਿਹੜੀ ਦਿਲ ਦੀ ਮੈਲ ਹੈਗੀ ਨਾ, ਉਹ ਫਿਰ ਉਤਰਦੀ ਹੈਗੀ। ਕੱਪੜੇ ਦੀ ਮੈਲ ਸਾਬਣ ਲਾ ਕੇ ਤਾਂ ਧੋ ਅਤੇ ਉਤਰ ਜਾਂਦੀ ਹੈਗੀ, ਅਤੇ ਦਿਲ ਦੀ ਮੈਲ ਨੂੰ ਸਭ ਪਾਣੀ ਨਹੀਂ ਪਹੁੰਚਦਾ, ਉੱਥੇ ਨਾਮ ਪਹੁੰਚਦਾ ਹੈਗਾ, ਨਾਮ ਦੇ ਨਾਲ ਧੋਤੀ ਜਾਂਦਾ ਹੈਗਾ। ਤਿਨਕੇ ਸੰਗ ਮਲ ਉਤਰੇ, ਮੇਰੀ ਜਿੰਦੜੀਏ ਰੰਗ ਰਾਤੇ ਨਦਰ ਨਿਸ਼ਾਨੇ ਰਾਮ। ਫਿਰ ਉਹਦੇ ਰੰਗ ਨਾਲ ਆਦਮੀ ਰਤ ਜਾਂਦਾ। ਉਹਦੀ ਜੇ ਨਦਰ ਹੋਵੇ, ਜੇ ਉਹਦੀ ਗ੍ਰੇਸ ਹੋਵੇ, ਮਿਹਰਬਾਨੀ ਹੋਵੇ, ਨਿਸ਼ਾਨੇ ਰਾਮ, ਨਿਸ਼ਾਨਾ ਹੁੰਦਾ ਪੁੱਤਰ, ਪੁੱਤਰ ਨਿਸ਼ਾਨ ਹੈਗਾ ਨਾ, ਧੀ ਨਹੀਂ ਨਿਸ਼ਾਨ ਹੁੰਦੀ। ਧੀ ਵਿਆਹ ਕੇ ਤਾਂ ਉਹ ਦੂਏ ਮਿਸਿਜ ਬਣ ਜਾਂਦੀ ਨਾ, ਅਤੇ ਪੁੱਤਰ ਜਿਹੜਾ ਉਹ ਤੁਹਾਡਾ ਜਿਹੜਾ ਹੈਗਾ ਨਾ, ਉਹ ਬੀ ਤੁਹਾਡਾ ਫਿਰ ਚੱਲਦਾ ਅੱਗੇ, ਉਹਦਾ ਸਰਨੇਮ ਨਹੀਂ ਬਦਲਦਾ। ਇਸ ਕਰਕੇ
ਹਰ ਦੇ ਜਿਹੜੇ ਪੁੱਤਰ ਹੈਗੇ ਨੇ ਉਹਦਾ ਨਿਸ਼ਾਨ ਹੈਗੇ ਨੇ। ਨਾਨਕ ਕੀ ਪ੍ਰਭ ਬੇਨਤੀ, ਸਤਿਗੁਰੂ ਨਾਨਕ ਜੀ ਕਹਿੰਦੇ ਵੀ ਪ੍ਰਭ ਬੇਨਤੀ ਹੈਗੀ, ਬੇਨਤੀ ਅਕਾਲ ਪੁਰਖ ਮੋਰੀ ਬੇਨਤੀ ਹੈਗੀ, ਮੇਰੀ ਜ਼ਿੰਦੜੀਏ ਮਿਲ ਸਾਧੂ ਸੰਗ ਅਗਾਨੇ ਰਾਮ, ਕਿ ਸਾਧੂਆਂ ਦੇ ਸੰਗ ਵਿੱਚ ਜਾਓ ਅਤੇ ਫਿਰ ਜਿਹੜੀ ਤ੍ਰਿਸ਼ਨਾ ਦੀ ਅੱਗ ਹੈਗੀ ਉਹ ਬੁੱਝ ਜਾਂਦੀ ਹੈਗੀ। ਜਿਹੜੀ ਮਨ ਨੂੰ ਤ੍ਰਿਸ਼ਨਾ ਹੈਗੀ ਨਾ ਵੀ ਮੈਂ ਆਹ ਵੀ ਲੈ ਲਵਾਂ ਉਹ ਵੀ ਲੈ ਲਵਾਂ, ਲਾਲਚ ਉਹ ਸਾਰਾ ਚਲੇ ਜਾਂਦਾ, ਉਹਦੇ ਉਹ ਮੈਲ ਜਿਹੜੀ ਉਹ ਨਹੀਂ ਲੱਗ ਗਈ ਆਉਂਦੀ ਫਿਰ, ਯਾਨੀ ਕਿ ਉਹ ਆਦਮੀ ਜਿਹੜਾ ਇਜ਼ ਕੰਟੈਂਟਡ ਵਿਦ ਹਿਜ਼ ਲੋਟ, ਉਹ ਆਦਮੀ ਜਿਹੜਾ ਹੈਗਾ ਚਾਹੇ ਕਿਸੇ ਦੇ ਦੂਏ ਦੇ ਮਾਇਆ 'ਤੇ ਜਾਂ ਕਿਸੇ ਦੇ ਧਨ 'ਤੇ ਕਬਜ਼ਾ ਨਹੀਂ ਕਰਦਾ। ਜਿਹੜੇ ਰਿਸ਼ਵਤ ਲੈਂਦੇ ਨੇ ਇਹ ਖੂਨ ਹੈਗਾ, ਦੂਜੇ ਦਾ ਖੂਨ ਪੀਣਾ ਹੈਗਾ, ਇੱਦਾਂ ਦੇ ਜਿਹੜੇ ਹੈਗੇ ਸ਼ੈਤਾਨ, ਉਹਨਾਂ ਦੇ ਅੰਦਰ ਸ਼ੈਤਾਨ ਹੈਗਾ, ਹਰ ਨਹੀਂ ਉਹ ਤੁਰੇ ਫਿਰਦੇ ਰਿਸ਼ਵਤ ਉੱਥੋਂ ਲੈ ਕੇ, ਫਿਰ ਜਾਂਦੇ ਨੇ ਪਾਠ ਕਰਾਉਣਾ ਜੀ ਉੱਥੇ, ਖੰਡ ਪਾਠ ਕਰਾਉਣਾ ਜੀ ਉੱਥੇ, ਫਲਾਨਿਆਂ ਨੂੰ ਬੁਲਾ ਲਿਆ ਜੀ ਉੱਥੇ ਵੀ, ਉੱਥੇ ਵੀ ਕਰਦੇ ਆਪਣੀ ਬਿਜ਼ਨਸ ਕਰਦੇ ਨੇ ਜਿਹੜੇ ਹੁੰਦੇ ਨਾ ਅਫਸਰ ਜਿਹਨਾਂ ਰਿਸ਼ਵਤ ਦਿੰਦੇ ਨੇ ਅਤੇ ਕੰਮ ਕਰੋ, ਉਹਨਾਂ ਨੂੰ ਬੁਲਾਉਂਦੇ ਨੇ, ਉਹ ਇੱਕ ਦੂਏ ਨੂੰ ਫਿਰ ਮਿਲ ਕੇ ਬੜਾ ਖੁਸ਼ ਹੁੰਦੇ ਨੇ, ਅਤੇ ਉਹ ਠੇਕੇਦਾਰ ਬਣ ਜਾਂਦੇ ਰਿਸ਼ਵਤ ਦੇ। ਕੰਮ ਕਰਾਉਣਾ ਹੋਵੇ ਜੀ ਉਹਦੇ ਕੋਲ ਜਾਓ, ਉਹ ਕਰਾ ਦੇਗਾ ਕਿੱਦਾਂ, ਰਿਸ਼ਵਤ ਦੇ ਕੇ, ਅਤੇ ਬਗੈਰ ਰਿਸ਼ਵਤ ਦੇ ਉੱਥੇ ਕੰਮ ਨਹੀਂ ਹੁੰਦੇ, ਪਹਿਲਾਂ ਹੋ ਜਾਂਦੇ ਸੀਗੇ, ਅੱਜ ਕੱਲ੍ਹ ਤਾਂ ਬਿਲਕੁਲ ਹੀ ਚੱਕਿਆ ਹੋਇਆ ਨਾ ਕੰਮ ਉਹਨਾਂ ਨੇ। ਅਤੇ ਇਹ ਹੈਗੀ ਇਹਦੀ ਵਿਆਖਿਆ, ਅਤੇ ਫਿਰ ਮੈਂ ਬਾਕੀ ਕਰਾਂਗਾ ਅੱਗੇ ਜਾ ਕੇ।